ਕਿਵੇਂ ਦਾ ਲੱਗਿਆ ਮੈਮ 2024 ਤੋਂ ਜੋ ਸਰਕਾਰ ਬਣੀ, ਜੋ ਵੀ ਤੋਂ ਪਹਿਲਾਂ 5 ਤੋਂ 10 ਸਾਲ ਰਹੀ ਹੈ ਸੱਤਾ ਦੇ ਕਬਜ਼ੇ, ਕਿਵੇਂ ਦਾ ਵੇਖ ਰਹੇ ਹੋ? ਸਰ ਠੀਕ ਠਾਕ ਹੀ ਹੈ, ਕੁਝ ਜ਼ਿਆਦਾ ਅੱਛਾ ਨਹੀਂ ਹੈਗਾ। ਕੰਟਰੈਕਚੁਅਲ ਜਿਹੜੇ ਕੰਮ ਕਰ ਰਹੇ ਇੰਪਲੋਈਜ਼, 8-8, 10-10, 15 ਸਾਲ ਹੋ ਗਏ ਉਹਨਾਂ ਨੂੰ ਕੰਟਰੈਕਟ 'ਤੇ ਕੰਮ ਕਰਦੇ ਹੋਏ, ਪਰ ਕੋਈ ਰੈਗੂਲਰ ਕੋਈ ਵੀ ਉਹਨਾਂ ਲਈ ਪੋਲਿਸੀ ਨਹੀਂ ਹੈ। ਜਿਹੜੀ ਸਾਡੀ ਪੰਜਾਬ ਦੀ ਸਰਕਾਰ ਹੈ, ਕਿਤੇ ਵਾਧੇ ਇਹ ਹਵਾ ਹਵਾਈ, ਇਹਨੇ ਕੁਛ ਨਹੀਂ ਕੀਤਾ। ਸਾਡਾ 5 ਸਾਲ ਦਾ ਪਿਛਲਾ ਬਕਾਇਆ ਪਿਆ ਮੁਲਾਜ਼ਮਾਂ ਦਾ ਸਾਰਾ, ਕੋਈ DA ਨਹੀਂ ਦਿੱਤਾ। 12% DA ਪਿਆ ਸਾਡਾ ਬਕਾਇਆ, 5 ਸਾਲ ਦਾ ਏਰੀਅਲ ਪਿਆ। ਅਸੀਂ ਰਿਟਾਇਰ ਹੋਏ ਪਏ ਹਾਂ, ਕੋਈ ਪੈਸਾ ਨਹੀਂ ਦੇ ਰਹੇ। ਕੀ ਕਹਿੰਦੀ ਜਨਤਾ ਪ੍ਰੋਗਰਾਮ ਦੇ ਤਹਿਤ ਅਸੀਂ ਪਿੰਡਾਂ, ਸ਼ਹਿਰਾਂ, ਬੱਸਾਂ ਅਤੇ ਹਰ ਉਸ ਕੋਨੇ ਦੇ ਵਿੱਚ ਪਹੁੰਚ ਰਹੇ ਹਾਂ ਜਿੱਥੇ ਲੋਕਾਂ ਨੇ ਸਰਕਾਰ ਨੂੰ ਵੋਟ ਪਾਈ ਅਤੇ ਜਿਤਾਇਆ। ਅਸੀਂ ਜਾਣਾਂਗੇ ਕਿ ਲੋਕਾਂ ਤੋਂ ਕੀ ਕੀਤੇ ਹੋਏ ਵਾਅਦੇ 5-10 ਸਾਲਾਂ ਦੇ ਵਿੱਚ ਸਰਕਾਰਾਂ ਵੱਲੋਂ ਕੀ ਹੋਏ ਪੂਰੇ, ਅਤੇ ਕੀ 2024 ਤੋਂ ਬਾਅਦ ਜੋ ਚੁਣ ਕੇ ਸਰਕਾਰ ਆਊਗੀ ਉਸ ਤੋਂ ਕੀ ਆਸ ਉਮੀਦ ਰੱਖਦੇ ਨੇ। ਗੱਲਬਾਤ ਕਰਦੇ ਹਾਂ ਪਹਿਲਾਂ ਤਾਂ ਬੱਸ ਦੇ ਕੰਡਕਟਰ ਨਾਲ, ਡਰਾਈਵਰ ਨਾਲ, ਜਿਹੜੇ ਕਿ ਇਹ ਮੁੱਢਲੀ ਚੀਜ਼ ਜਿਹੜੇ ਚਲਾ ਰਹੇ ਨੇ ਉਹਨਾਂ ਨਾਲ ਹੀ ਕਰਦੇ ਹਾਂ। ਬਾਈ ਕੀ ਨਾਮ ਜੀ ਆਪਣਾ? ਸਿੰਘ ਜੀ। ਬਾਈ ਕਿਵੇਂ ਦਾ ਲੱਗਿਆ 5 ਤੋਂ 10 ਸਾਲ ਦਾ ਮੋਦੀ ਸਰਕਾਰ ਦਾ ਸਫ਼ਰ, ਕਿਵੇਂ ਦਾ ਲੱਗਿਆ, ਕੀ ਖਾਮੀਆਂ ਰਹੀਆਂ, ਕੀ ਕੰਮ ਨਹੀਂ? ਮੋਦੀ ਸਰਕਾਰ ਦੇ ਕੰਮ ਤਾਂ ਮਤਲਬ ਹੋ ਵੀ ਰਹੇ ਆ, ਪੰਜਾਬ 'ਚ ਹੋ ਵੀ ਨਹੀਂ ਰਹੇ। ਉਹ ਪੰਜਾਬ ਨਾਲ ਜੋ ਆਪਾਂ ਦੇਖੀਏ, ਪੰਜਾਬ ਦੇ ਵਿੱਚ ਐਂਟੀ ਸਰਕਾਰ ਆ, ਉਹਦੇ ਨਾਲ ਵਿਤਕਰਾ ਜੋ ਹੈ ਅੱਡਗਾ ਜਿਹੜਾ ਕਰ ਰਹੀ ਆ। ਸਰਕਾਰ ਦੀ ਕਾਰਗੁਜ਼ਾਰੀ ਕਿਵੇਂ ਦੀ ਲੱਗੀ ਇਹ 5 ਤੋਂ 10 ਸਾਲ? ਦਸ ਦੇ ਵਿੱਚੋਂ 5 ਅੱਧਾ ਤਾਂ ਨਹੀਂ ਹੈ ਸਰਕਾਰ ਦਾ, ਅੱਧਾ ਤਾਂ ਤੁਸੀਂ ਮੰਨ ਲਓ 50-50% ਕੰਮ ਵਧੀਆ ਵੀ ਆ ਅਤੇ ਨਹੀਂ ਵੀ ਵਧੀਆ। ਬਾਈ ਨੂੰ ਇੱਕ ਵਾਰੀ ਤਾਂ ਗੱਡੀ ਚਲਾਉਣ ਦਿਓ, ਬਾਕੀ ਅਸੀਂ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੋ ਉੱਥੇ ਆਮ ਵਰਗ ਸਫ਼ਰ ਕਰ ਰਹੇ ਉਹਨਾਂ ਨਾਲ ਕਰਦੇ ਹਾਂ। ਬਾਈ ਕੀ ਨਾਮ? ਜਵੇਸ਼ ਜੋਸ਼ੀ। ਇੱਥੇ ਪੜ੍ਹਾਈ ਕਰਦੇ ਹੋ? ਹਾਂਜੀ, ਮੈਂ ਚੰਡੀਗੜ੍ਹ ਤੋਂ ਹੀ ਹਾਂ। ਚੰਡੀਗੜ੍ਹ ਹਾਂਜੀ ਜਾ ਰਹੇ ਸੀਗੇ। ਹਾਂਜੀ। ਸਰਕਾਰ ਦਾ ਕਿਵੇਂ ਦਾ ਲੱਗਿਆ ਸਮਾਂ ਜੋ 5 ਤੋਂ 10 ਸਾਲ ਕੇਂਦਰ ਦੇ ਵਿੱਚ ਰਹੀ ਹੈ? ਤੁਸੀਂ ਸਟੱਡੀ ਕਰ ਰਹੇ ਹੋ, ਐਜੂਕੇਸ਼ਨ ਪੱਖੋਂ ਕਿਵੇਂ ਦਾ? ਸਰ ਸਭ ਕੁਝ ਠੀਕ ਹੈ ਅਭੀ ਤੱਕ ਐਜ਼ ਦੇਖਾ ਜਾਏ ਤੋ, ਬਟ ਗਵਰਨਮੈਂਟ ਨੇ ਨਾ ਫੋਰਨ ਪੋਲਿਸੀਜ਼ ਮੇ ਕਾਫੀ ਕੁਛ ਡਿਵਲਪਮੈਂਟ ਕਰੀ ਹੈ। ਜੈਸੇ ਕਿ ਹਮ ਦੇਖ ਸਕਤੇ ਅਭੀ ਪਿੱਛੇ ਕਤਰ ਮੇ ਹਮਾਰੇ ਨੇਵੀ ਆਫਿਸਰ ਥੇ ਜਿਨਕੋ ਡੈਥ ਕੀ ਵੋ ਉਨ੍ਹੋਂਨੇ ਸੁਣਾ ਦੀ ਥੀ ਸਜ਼ਾ, ਬਟ ਵੋ ਰਿਲੀਜ਼ ਹੋ ਕੇ ਇੰਡੀਆ ਆ ਗਏ ਥੇ। ਤੋ ਮੇਰੇ ਹਿਸਾਬ ਸੇ ਤੋ ਓਵਰਆਲ ਗੁੱਡ ਹੈ, ਬਟ ਯੇ ਹੈ ਕਿ ਥੋੜ੍ਹੇ ਬਹੁਤ ਹੈ ਕਿ ਮਤਲਬ ਨੈਗੇਟਿਵ ਨਿਊਜ਼ ਜ਼ਿਆਦਾ ਹੈ ਉਸ ਗਵਰਨਮੈਂਟ ਕੇ ਬਾਰੇ ਮੇ, ਬਟ ਆਲ ਓਵਰ ਗੁੱਡ ਹੈ। ਤੁਸੀਂ ਸਟੂਡੈਂਟ ਕਿਵੇਂ ਵੇਖ ਰਹੇ ਹੋ ਸਰਕਾਰ ਨੂੰ, ਕਿ ਸਰਕਾਰ ਨੇ ਕੀ ਚੀਜ਼ਾਂ ਸਟੂਡੈਂਟਸ ਦੇ ਲਈ ਕੀਤੀਆਂ ਅਤੇ ਅੱਗੇ ਕੀ? ਸਰ ਕਾ�ੀ ਚੀਜ਼ਾਂ ਕਰੀ ਗਈ ਹੈ, ਬਟ ਇੱਕਦਮ ਐਸੇ ਨੋਟ ਕਰਵਾਉਣਾ ਵੀ ਮੈਂ ਕਰਵਾ ਨਹੀਂ ਪਾਊਂਗਾ, ਬਟ ਜੈਸੇ ਕਿ ਹਮ ਦੇਖ ਸਕਤੇ ਅਭੀ ਪਿੱਛੇ ਮੈਂ ਚੈੱਕ ਕਰ ਰਹਾ ਥਾ, ਚੰਡੀਗੜ੍ਹ ਕੇ ਸਕੂਲਸ ਕੀ ਰੈਂਕਿੰਗ ਟੌਪ 15 ਸਕੂਲਸ ਮੇ ਆਈ ਹੈ ਇੰਡੀਆ ਮੇ। ਤੋ ਔਰ ਉਸਮੇ ਇੱਕ ਸੈਕਟਰ 16 ਕਾ ਸਕੂਲ ਹੈ, ਸੈਕਟਰ 35 ਕਾ ਸਕੂਲ ਹੈ, ਔਰ ਇੱਕ ਹੋਰ ਸਕੂਲ ਹੈ, ਵੋ ਵੀ ਮੁਝੇ ਯਾਦ ਨਹੀਂ ਆ ਰਹਾ, ਬਟ ਯੇ ਕਿ ਚੰਡੀਗੜ੍ਹ ਮੇ ਕਾਫੀ ਕਾਮ ਕਰਾ ਗਿਆ। ਔਰ ਐਜੂਕੇਸ਼ਨ, ਔਰ ਜੈਸੇ ਕਿ ਹਮ ਦੇਖ ਸਕਤੇ ਪੰਜਾਬ ਕੇ ਜ਼ਿਆਦਾਤਰ ਯੂਥ ਬਾਹਰ ਜਾ ਰਹਾ ਹੈ, ਤੋ ਉਸਮੇ ਮੇਰੇ ਹਿਸਾਬ ਸੇ ਫੋਰਨ ਪੋਲਿਸੀ ਮੇ ਵੀ ਕਾਫੀ ਕਾਮ ਕਰਾ ਗਿਆ, ਇੰਡੀਆ ਕਾ ਇੱਕ ਡੋਮੀਨੈਂਸ ਆ ਚੁੱਕਾ ਹੈ, ਜਿਸਸੇ ਕਿ ਅਬ ਯੇ ਫੀਲ ਹੋ ਰਹਾ ਹੈ ਕਿ ਇੰਡੀਆ ਇੱਕ, ਇਹਨੋਨੇ ਯੇ ਵੀ ਇੱਕ ਵਾਅਦਾ ਕਰਾ ਗਿਆ ਕਿ ਟੌਪ ਇਕਨੋਮੀ 5th ਲਾਰਜੈਸਟ ਇਕਨੋਮੀ ਬਣਨੇ ਜਾ ਰਹੀ ਹੈ, ਤੋ ਸਰ ਯੇ ਤੋ ਹੋ ਜਾਏਗੇ ਐਸਾ ਲੱਗ ਰਿਹਾ ਦੇਖ। ਮਦਰ ਨੇ ਨਾ ਨਾ ਸਿਸਟਰ। ਤੁਸੀਂ ਕੀ ਕਹਿਣਾ ਚਾਹੋ, ਕਿਵੇਂ ਦਾ ਲੱਗਿਆ ਸਰਕਾਰ ਦਾ 5 ਤੋਂ 10 ਸਾਲ ਦਾ ਸਮਾਂ, ਕਿਉਂਕਿ ਕੇਂਦਰ ਦੇ ਵਿੱਚ ਲੰਮਾ ਸਮਾਂ ਭਾਜਪਾ ਸਰਕਾਰ ਰਹੀ ਹੈ, ਬਹੁਤ ਸਾਰੀ ਕਮੀਆਂ ਹੁੰਦੀਆਂ ਜਾਂ ਬਹੁਤ ਸਾਰੇ ਚੰਗੀ ਚੀਜ਼ਾਂ ਵੀ ਹੁੰਦੀਆਂ ਸਰਕਾਰ, ਤੁਹਾਨੂੰ ਕਿਵੇਂ ਦਾ? ਆਲ ਓਵਰ ਗੁੱਡ ਹੈ, ਜੈਸੇ ਸਟੱਡੀਜ਼ ਮੇ ਵੀ ਅਗਰ ਹਮ ਦੇਖੇ, ਔਰ ਜੈਸੇ ਗਵਰਨਮੈਂਟ ਮੇ ਬਹੁਤ ਸਾਰੀ ਗਵਰਨਮੈਂਟ ਜੋਬਸ ਵੀ ਨਿਕਾਲੀ ਹੈ ਸਟੂਡੈਂਟਸ ਕੇ ਲੀਏ ਜੋ ਐਜੂਕੇਟਿਡ ਹੈ, ਤੋ ਵੋ ਵੀ ਆਲ ਓਵਰ ਠੀਕ ਹੈ।
मैंने भी इस बारी गवर्नमेंट जॉब का एग्ज़ाम दिया था जिसमें मेरी जॉब लग गई है। हाँ जी लग गई है, तो ये बहुत बेनिफिशियल है आगे यूथ के लिए भी अगर वो करना चाहे तो। यहाँ पे इंडिया में भी बहुत सारी आपको अपॉर्चुनिटीज़ मिलती हैं। हाँ जी, ये नहीं कि बाहर ही जाना ज़रूरी है, पर यहाँ पे भी अगर हम करें तो यहाँ पे भी बहुत सारी अपॉर्चुनिटीज़ है। गवर्नमेंट भी उसमें धीरे धीरे वर्क करेगी ना। की वेखना चाहते हो सरकार 2024 तो बाद जो सरकार आऊगी जो मर्जी आवे सरकार, पर थोड़ा वो रवैया की है कि मांग की कर रहे हो यह चेंज सर सिस्टम दे विच होगी ते बदलाव हो सकता ऐसा तो भी कह नहीं सकते, पर जो भी है सबके लिए ठीक है, मतलब जो भी गवर्नमेंट करेगी वो सबको देख के करेगी। हाँ जी गई मैडम की नाम है रेखा, पटियाला ट्रैवल कर रहे हो? हाँ जी सर इतने जॉब कर। हाँ जी सर मैं हेल्थ डिपार्टमेंट चा। ਕਿਵੇਂ ਦਾ ਲੱਗਿਆ ਮੈਮ 2024 ਤੋਂ ਜੋ ਸਰਕਾਰ ਬਣੀ ਜੋ ਵੀ ਤੋਂ ਪਹਿਲਾਂ 5 ਤੋਂ 10 ਸਾਲ ਰਹੀ ਹੈ ਸੱਤਾ ਦੇ ਕਬਜ਼ੇ, ਕਿਵੇਂ ਦਾ ਵੇਖ ਰਹੇ ਹੋ ਉਹਨਾਂ ਦੀ ਕਾਰਗੁਜ਼ਾਰੀ? ਸਰ ਠੀਕ ਠਾਕ ਹੀ ਹੈ, ਕੁਝ ਜ਼ਿਆਦਾ ਅੱਛਾ ਨਹੀਂ ਹੈਗਾ, ਕੁਛ ਰੂਲਸ ਵਗੈਰਾ ਅੱਗੋਂ ਕਰ ਦਿੰਦੇ ਆ ਪਰ ਅਪਲਾਈ ਹੁੰਦੇ ਹੁੰਦੇ ਬਹੁਤ ਟਾਈਮ ਲੱਗ ਜਾਂਦਾ, ਕਿਤੇ ਹੋ ਰਹੇ ਕਿਤੇ ਨਹੀਂ ਹੋ ਰਹੇ, ਕੋਈ ਸਟੇਟ ਵਧੀਆ ਉਹਨੂੰ ਫੋਲੋ ਕਰ ਰਿਹਾ ਕੋਈ ਨਹੀਂ ਕਰ ਰਿਹਾ ਹੈਗਾ। ਮੈਂ ਆਪਣੇ ਹੀ ਹੈਲਥ ਡਿਪਾਰਟਮੈਂਟ ਦੀ ਗੱਲ ਲੈਂਦੀ ਹਾਂ, ਕੰਟਰੈਕਚੁਅਲ ਜਿਹੜੇ ਕੰਮ ਕਰ ਰਹੇ ਇੰਪਲੋਈਜ਼ 8-8, 10-10, 15 ਸਾਲ ਹੋ ਗਏ ਉਹਨਾਂ ਨੂੰ ਕੰਟਰੈਕਟ 'ਤੇ ਕੰਮ ਕਰਦੇ ਹੋਏ, ਪਰ ਕੋਈ ਰੈਗੂਲਰ ਕੋਈ ਵੀ ਉਹਨਾਂ ਲਈ ਪੋਲਿਸੀ ਨਹੀਂ ਹੈ। ਹਾਲਾਂਕਿ ਜਿਹੜੇ ਇੰਪਲੋਈਜ਼ ਜੁਆਇਨ ਕੀਤਾ ਹੋਇਆ ਉਹਨਾਂ ਨੇ ਪ੍ਰੋਪਰ ਐਗਜ਼ਾਮ ਦੇ ਕੇ ਸਭ ਕੁਛ ਜੋ ਇੱਕ ਰੈਗੂਲਰ ਇੰਪਲੋਈ ਲਈ ਨਿਯਮ ਕਾਨੂੰਨ ਲਾਗੂ ਹੁੰਦੇ ਆ ਸਭ ਕੁਛ ਕਰਦੇ ਆ, ਪਰ ਉਹ 20-20 ਸਾਲ ਹੋ ਗਏ ਕੰਟਰੈਕਚੁਅਲ, ਉਹਨਾਂ ਦੀ ਸੈਲਰੀਜ਼ ਉਹੀ 20-25 ਹਜ਼ਾਰ ਰੁਪਏ, ਔਰ ਇੰਨੀ ਯੂਟੀ ਦੇ ਵਿੱਚ ਬੈਠ ਕੇ ਇੰਨੀ ਮਹਿੰਗਾਈ 'ਚ ਤੁਸੀਂ ਇੰਨੀ ਕੁ ਸੈਲਰੀ 'ਚ ਪਰਿਵਾਰ ਨਹੀਂ ਚਲਾ ਸਕਦੇ। ਚੇਂਜ ਕਿੱਦਾਂ ਦਾ ਆਉਣਾ ਚਾਹੀਦਾ ਸਿਸਟਮ ਵਿੱਚ? ਚੇਂਜ ਇਹ ਹੈ ਕਿ ਰੈਗੂਲਰ ਕੁਛ ਨਿਯਮ ਜੇ ਲਾਗੂ ਕਰਦੇ ਹੋ ਤਾਂ ਤੁਸੀਂ ਪ੍ਰੋਪਰ ਕਰੋ। ਹੁਣ ਤੁਸੀਂ ਸਟੇਟਸ ਦਾ ਲਾਗੂ ਕਰਦਾ, ਹੁਣ ਜਿਵੇਂ ਹਰਿਆਣਾ ਦਾ ਹੀ ਲੈ ਲਓ, ਇਕੁਅਲ ਪੇ ਇਕੁਅਲ ਵਰਕ ਚੱਲ ਰਿਹਾ ਉਹ 2018 ਤੋਂ ਲੈ ਰਿਹਾ ਸਰ ਸੇਮ ਡਿਪਾਰਟਮੈਂਟ, ਔਰ ਯੂਟੀ ਵਿੱਚ ਇਹ ਕਿਹਾ ਜਾਂਦਾ ਕਿ ਸਾਡੇ ਕੋਲ ਤਾਂ ਜੀ ਵਿਧਾਨ ਸਭਾ ਨਹੀਂ ਹੈਗੀ ਤਾਂ ਅਸੀਂ ਨਹੀਂ ਇਹ ਉਹ ਕਰ ਸਕਦੇ ਹਾਂ। ਸੈਂਟਰਲ ਨੇ ਇਸ਼ੂ ਕਰਤਾ ਕਿ ਇਕੁਅਲ ਪੇ ਇਕੁਅਲ, ਹਾਈ ਕੋਰਟ ਨੇ ਸਭ ਕੁਛ ਕਰਤਾ, ਪਰ ਆ ਕੇ ਇੱਥੇ ਅਟਕ ਜਾਂਦੀ ਹੈ ਕੱਲ੍ਹ ਕਿ ਸਾਡੇ ਕੋਲ ਜੀ ਵਿਧਾਨ ਸਭਾ ਨਹੀਂ, ਅਸੀਂ ਇਹ ਕਾਨੂੰਨ ਉਹ ਨਹੀਂ, ਉਹਨਾਂ ਕੋਲ ਵਿਧਾਨ ਸਭਾ ਆਪਣਾ ਸਾਰਾ ਕੁਛ ਹੈ ਤਾਂ ਉਹ ਕਰ ਸਕਦੇ ਨੇ, ਤਾਂ ਉਹ ਫਿਰ ਸਫ਼ਰ ਕਰਦੇ ਆ ਇੰਪਲੋਈਜ਼ ਕਰਦੇ ਆ। ਤੁਸੀਂ ਕਰਤਾ ਦਿੱਤਾ ਪਰ ਕੁਛ ਤਾਂ ਨਿਯਮ ਲਾਗੂ ਕਰੋ ਜਿੱਥੇ ਨਹੀਂ ਪੰਜਾਬ 'ਚ ਵੀ ਇਕੁਅਲ ਪੇ ਇਕੁਅਲ ਵਰਕ ਕੋਈ ਉਹ ਨਹੀਂ ਹੈਗਾ, ਪਰ ਹਰਿਆਣਾ ਦਾ ਬਹੁਤ ਵਧੀਆ ਦੇ ਰਿਹਾ, ਤਾਂ ਜਿਹੜੇ ਸੈਲਰੀ ਆਪਾਂ ਇੱਥੇ ਬੈਠ ਕੇ ਕੰਟਰੈਕਚੁਅਲ ਸੇਮ ਡਿਪਾਰਟਮੈਂਟ 'ਚ 15 ਹਜ਼ਾਰ ਲੈ ਰਹੇ ਹਾਂ, ਉੱਥੇ ਤੁਸੀਂ 40-45 ਹਜ਼ਾਰ ਰੁਪਏ ਜਾ ਕੇ ਦੇਖੋ ਉਹ ਇੰਪਲੋਈਜ਼ ਲੈ ਰਹੇ ਆ, ਕੰਟਰੈਕਚੁਅਲ ਹੀ ਲੈ ਰਹੇ ਆ, ਇਕੁਅਲ ਪੇ ਇਕੁਅਲ ਵਰਕ ਹੋ ਰਿਹਾ। ਗੱਲਬਾਤ ਜਾਰੀ ਰੱਖਦੇ ਆ ਜਿੱਥੇ ਸਫ਼ਰ ਬਾਈ ਕੀ ਨਾਮ ਹੈ? ਰਵਨੀਤ। ਪਟਿਆਲਾ ਟਰੈਵਲ ਕਰ ਰਹੇ ਹੋ? ਰਾਜਪੁਰਾ। ਰਾਜਪੁਰਾ ਇੱਥੋਂ ਕੀ ਕੰਮ ਕਰਦੇ? ਰਾਈਸ ਮਿਲ 'ਚ। ਰਾਈਸ ਮਿਲ ਦੇ। ਸਰਕਾਰ ਦਾ ਸਮਾਂ ਕਿਵੇਂ ਦਾ ਲੱਗਿਆ 2024 ਤੋਂ ਪਹਿਲਾਂ ਜਿਹੜੀ 5 ਤੋਂ 10 ਸਾਲ? ਠੀਕ ਠੀਕ ਹੈ, ਮਿਲਿਆ ਜੁਲਿਆ। ਠੀਕ ਠੀਕ ਹੈ। ਹਾਂਜੀ ਕਿੱਦਾਂ ਦਾ ਕੀ ਚੀਜ਼ ਚੰਗੀ ਲੱਗੀ ਹੋਈ ਸਰਕਾਰ? ਕੁਛ ਲੱਗੀ ਹੋਵੇ ਭਾਵੇਂ ਐਜੂਕੇਸ਼ਨ ਪੱਖੋਂ ਜਾਂ ਹੈਲਥ ਪੱਖੋਂ? ਕੁਛ ਕੁਛ ਠੀਕ ਵੀ ਹੈ, ਮਿਲੇ ਜੁਲੇ ਹੈ, ਜੋ ਵੀ ਹੈ ਮਿਲੇ ਜੁਲੇ। ਹਾਂ ਠੀਕ ਹੈ। ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਮੈਡਮ ਕੀ ਨਾਮ? ਵਰਸ਼ਾ। ਤੁਸੀਂ ਇੱਥੇ ਕੰਮ ਕਰਦੇ ਹੋ? ਹਿਮਾਚਲ। ਕਿਵੇਂ ਦਾ ਲੱਗੇ ਸਰਕਾਰ ਦੇ 5 ਤੋਂ 10 ਸਾਲ ਜਿਹੜੀ ਸੱਤਾ 'ਤੇ ਕਾਬਜ਼ ਰਹੀ ਹੈ? ਹੁਣ ਲੋਕ ਸਭਾ ਚੋਣਾਂ ਵੀ ਆ ਰਹੀਆਂ, ਬਹੁਤ ਸਾਰੇ ਵਾਅਦੇ ਸਰਕਾਰ ਕਰਦੀ ਹੁੰਦੀ ਹੈ ਭਾਵੇਂ ਯੂਥ ਨੂੰ ਨੌਕਰੀਆਂ ਦੇਣ ਦੀ ਜਾਂ ਐਜੂਕੇਸ਼ਨ ਪੋਲਿਸੀਜ਼ ਦੇ ਵਿੱਚ ਚੇਂਜਸ, ਤੁਹਾਨੂੰ ਕਿਵੇਂ ਲੱਗੇ? ਓਵਰਆਲ ਮੈਂ ਵੈਸੇ ਹਿਮਾਚਲ 'ਤੇ ਬਿਲੋਂਗ ਕਰਦੀ ਹਾਂ, ਤਾਂ ਹਿਮਾਚਲ ਗੌਰਮੈਂਟ ਨੇ ਬੱਚੋਂ ਕੇ ਲੀਏ ਜੋ ਅਨਾਥ ਬੱਚੇ ਹੈ ਉਨਕੇ ਲੀਏ ਬਹੁਤ ਕੁਛ ਕੀਆ ਹੈ, ਤੋ ਵੋ ਬਹੁਤ ਉਨਕੋ ਜ਼ਮੀਨੇ ਵੀ ਦੀ ਹੈ, ਸ਼ਾਦੀ ਕੇ ਲੀਏ ਵੀ ਉਨਕੋ ਪੈਸੇ ਦੀ ਹੈ, ਓਵਰਆਲ ਅੱਛਾ ਥਾ। ਸਰਕਾਰ ਦੀ ਕਾਰਗੁਜ਼ਾਰੀ ਨੂੰ ਨੰਬਰ ਕਿੰਨੇ ਦੇਣਾ ਚਾਹੋਗੇ 10 ਦੇ ਵਿੱਚੋਂ ਇਹ ਦੇਣੇ ਪਏ? 8 ਤੇ ਉਮੀਦ ਕੀ ਨੇ ਨਗਰ ਸਰਕਾਰ?
अगली गवर्नमेंट से ये उम्मीद है वो हर किसी के बारे में सोचे, ये सिर्फ बच्चों के बारे में उन्होंने फोकस किया, ओवरऑल उन्होंने इंडियन ही देखा। हाँ जी, होर गलबात जारी रखते हैं। साढ़े नाल कुछ नौजवान बजुर्ग सारे ट्रैवल कर रहे हैं, गलबात कर रहे। की नाम है? ओम प्रकाश। इतों के रहने पटियाला। सरकार का किमें लग्या थोनू समा 5 to 10 साल का? कोई कह रहा है नौकरियां नहीं दित्तियां, कोई कह रहा साडा पे कमीशन नहीं लागू है, थोनू किमें लग्या सरकार का? पंजाब बारे पूछ रहे हैं? केंद्र बारे तो मोदी सरकार बहुत वधिया काम कर रही है सारे का, मगर जिहड़ी साडी पंजाब दी सरकार है कित्ते वादे ये हवा हवाई इन्हें कुछ नहीं किया। साडा 5 साल का पिछला बकाया पिया मुलाजमान का सारा, कोई डीए नहीं दिता, 12% डीए पिया साडा बकाया, 5 साल का एरियल पे असी रिटायर होए हुए हैं, कोई पैसा नहीं दे रहे, हवा हवाई गल्लां हैं आम आदमी पार्टी दी। चंगा की लग्या केंद्र सरकार दे विच जिहड़ा? केंद्र सरकार का तो जी हिंदुस्तान च सारा कुछ ही चंगा लग्या, सब कुछ वधिया लग्या। हाँ बिल्कुल वधिया किया। नंबर किन्ने दोगे सरकार? पूरे बटा पूरे। हाँ जी, थोड़ा की नाम है भाई? बिट्टू सिंह। बिट्टू सिंह, की काम करते? मैं प्राइवेट जॉब करता हूँ। कौन से सेक्टर जी? मैं कुंडली सोनीपत हरियाणा में। तो सरकार का किमें लगे 5 to 10 साल केंद्र के? हम लोग सभा चोण आ रही, हर कोई प्रचार कर रहा आपके पार्टी वास्ते, असं आह वादे करा, कोई मैनूफेस्टो भी जारी कर रहा। एक्चुअली मैं पोलिटिक्स में इंट्रस्ट ही नहीं रखता, तो कुछ नहीं कह सकता इस बारे में। देने वाली सरकार सरकार का दोष लाते कहते महंगाई वध गई, महंगाई बढ़ेगी तो कमाई भी बढ़ेगी, ये तो बात है। ऐसा तो नहीं है कि खाली महंगाई बढ़ रही है, कमाई भी बढ़ रही है लोगों की, सारी चीज़ें बराबर ही हैं। मैं तो इससे ज़्यादा नहीं, कोई सरकार नहीं घटा सकती। प्राइवेट सेक्टर से जॉब करते हो, सरकार बदलाव किदा का मांग रहे हो? जे सरकार की यह पॉलिसी जिम्मे कोई कहता यह लागू हो जाए साडा प्राइवेट सैक्टर? एक्चुअली क्या है ना, प्राइवेट सैक्टर जो लोअर क्लास कंपनियाँ जो होती हैं ना, मतलब जहाँ ज़्यादा लेबर काम करती है, कॉरपोरेट लेवल की बात नहीं कह रहा, जहाँ वहाँ सरकार कोई भी पॉलिसी डाले वहाँ लागू ही नहीं होती, उन्होंने अपनी पॉलिसी चलानी होती है, उनकी अपनी पॉलिसी चलती है, सरकार वाली चलती नहीं। जो मतलब मिनिमम बेस जो मतलब लेबर वेज भी होते हैं उनके बेसिस पे भी नहीं चलते, उनको ओटी में काम करवा लेते हैं, उसके अंदर कवर कर लेते हैं वो लोग, जो कि मतलब वहाँ पक्के में दिखाए नहीं जाते, तो ऐसी चीज़ें बहुत सारी होती हैं। गलबात कर दें भाई, की नाम है? सनी। पढ़ते हो भाई? जॉब करते। किस बैंक? सरकार का किमें लग्या केंद्र सरकार का समा किमें रही? बहुत सारे वादे करते हैं एजुकेशन साड़ी इदा किया, हैल्थ डिपार्टमेंट असी इदा, थोनू ऑल आर गुड? यस। के कोई एक दसोंगे कि इस पक्षों सू बहुत वधिया लग्या? नहीं सर, नोटबंदी करी उहदे करके थोड़ा अच्छा लग्या, कि थोड़ा काला धन बाहर आया, तो उहदे करके बिल्कुल सही। हाँ जी, हुण उम्मीद की कर रहे हो अगली सरकार दे कोलों? क्योंकि हर कोई पार्टी का प्रचार कर रहा, कोई मैनूफेस्टो जारी करके इन्ने वादे कर रहे, इन्ने लोगों नौकरियां देवांगे, इंप्लॉयमेंट देवांगे, एक जिवें जवाक हुंदा स्कूल तो निकलता कॉलेज तो निकलता सीधा नौकरी वाल भजदा। हाँ बिल्कुल, जॉब इस बार गवर्नमेंट काफ़ी कढ़ रही है, तो वैकेंसी वगैरह आन गया तो बच्चे अपलाई करेंगे तो गुड जॉब, पर आधे टाइम से लोग बाहर जा रहे हैं इस करके कि नौकरी नहीं मिल रही है, पर होएगा, सरकार कुछ ना कुछ कर रही है, तो वो बारे कुछ सोचेंगे। नंबर किने दोगे कारगुजारी? 10 7। चल गलबात होर जारी रखते हैं भाई। रविंदर जी भाई, इतने चंडीगढ़? हाँ जी भाई। नहीं पढ़ते हैं इतने भाई। हाँ जी, तो कैसे एजुकेशन वधिया चल रही है? ਬਹੁਤ ਵਧੀਆ ਚੱਲ ਰਹੀ ਹੈ ਬਾਈ,
ਸਰਕਾਰ ਜਿਵੇਂ ਕਹਿੰਦੀ ਹੈ ਵੀ ਇਸ ਚੀਜ਼ ਦੇ ਵਿੱਚ ਅਸੀਂ ਮਾਹਰ ਕੀਤੇ, ਜਵਾਕਾਂ ਨੂੰ ਐਜੂਕੇਸ਼ਨ ਚੰਗੀ ਦਿੱਤੀ, ਤੁਹਾਡੇ ਕੀ ਵਿਚਾਰ ਨੇ? ਕੇਂਦਰ ਸਰਕਾਰ 10 ਸਾਲ ਸੱਤਾ ਦੇ ਵਿੱਚ ਕਾਬਜ਼ ਰਹੀ ਹੈ, ਭਾਜਪਾ ਸਰਕਾਰ ਕਿਵੇਂ ਦਾ ਲੱਗਿਆ? ਕੇਂਦਰ ਸਰਕਾਰ ਹੋਈ ਬਹੁਤ ਵਧੀਆ, ਬਸ ਮਤਲਬ ਸਹੀ ਹੈ ਜੀ, ਜੋ ਵੀ ਆ ਬਹੁਤ ਵਧੀਆ ਜੀ, ਬਹੁਤ ਵਧੀਆ ਚਲੀ ਜਾਂਦਾ ਸੈਂਟਰ 'ਚ, ਵਧੀਆ ਜੀ ਸਰਕਾਰ। ਮੈਂ ਤਾਂ ਫੋਰਨ ਜਾਣ ਵਾਲਿਆਂ ਨੂੰ ਵੀ ਕਹਿੰਦਾ ਵੀ ਇੰਡੀਆ 'ਚ ਠੀਕ ਹੈ ਜੀ, ਕਿਉਂਕਿ ਜਿੰਨਾ ਆਪਾਂ ਬਾਹਰ ਜਾਣ 'ਤੇ ਖਰਚ ਕਰਦੇ ਹਾਂ ਓਨਾ ਜੀ ਆਪਣੇ ਬਿਜ਼ਨਸ 'ਚ ਇਨਵੈਸਟ ਕਰ ਲਈਏ, ਵਧੀਆ ਜੀ। ਹਾਂਜੀ ਬਸ ਇਹੀ ਹੈ। ਉਮੀਦ ਕਿਸ ਤਰੀਕਾ ਦੀ ਹੈ ਕਿ ਇਹ ਸੈਕਟਰ 'ਚ ਬਦਲਾਅ ਹੋਵੇ? ਜਿਵੇਂ ਐਜੂਕੇਸ਼ਨ ਦੇ ਵਿੱਚ ਕਈ ਕਹਿੰਦੇ ਆ ਕਿ ਇਹ ਕਮਿਸ਼ਨ ਲਾਗੂ ਹੋਣਾ ਚਾਹੀਦਾ ਤਾਂ ਨੌਜਵਾਨਾਂ ਦੇ ਕੰਮ ਸਹੀ ਹੋਣਗੇ, ਇਹ ਚੀਜ਼ ਹੋਵੇ, ਐਮ ਫਿਲ ਹੋਵੇ, ਇਹ ਕੀ ਮੰਗ? ਨਹੀਂ ਸਰ, ਮੇਰੇ ਵੱਲੋਂ ਤਾਂ ਸਹੀ ਹੈ ਜੀ, ਮੇਰਾ ਲਾਅ ਡਿਪਾਰਟਮੈਂਟ ਆ ਵਧੀਆ ਚੱਲੀ ਜਾਂਦਾ, ਬਾਕੀ ਗੱਲ ਨੂੰ ਕਿਹਾ। ਹਾਂਜੀ ਹਾਂਜੀ ਸਹੀ ਹੈ ਜੀ। ਤੁਹਾਡਾ ਕੀ ਨਾਮ? ਅੰਕਿਤਾ। ਨਾਲ ਹੀ ਪੜ੍ਹਦੇ? ਹਾਂਜੀ। ਕਿਹੜੇ ਡਿਪਾਰਟਮੈਂਟ? ਸਰ ਮੈਂ ਗੌਰਮੈਂਟ ਟੈਸਟ ਦੀ ਕੋਚਿੰਗ ਲੈ ਰਹੀ ਹਾਂ। ਠੀਕ ਹੈ। ਕਿਵੇਂ ਦੇ ਲੱਗੇ ਸਰਕਾਰ ਦੇ 10 ਸਾਲ, 5 ਤੋਂ 10 ਸਾਲ ਕਿਵੇਂ ਦੇ ਰਹੇ? ਸੈਂਟਰ ਦੇ ਵਿੱਚ ਮੈਂ ਜ਼ਿਆਦਾ ਤਾਂ ਨਹੀਂ ਪਤਾ, ਪਰ ਐਜੂਕੇਸ਼ਨ ਦੇ ਮੈਟਰ ਦੇ ਵਿੱਚ ਕੇਂਦਰ ਦਾ ਕਿਤੇ ਵੀ ਨਹੀਂ, ਉਹਨਾਂ ਦਾ ਜੋ ਵੀ ਅੱਜ ਕੱਲ੍ਹ ਪੋਲੀਟੀਸ਼ੀਅਨ ਚੱਲ ਰਹੇ ਉਹਨਾਂ ਦਾ ਹਿੰਦੂ ਮਤਲਬ ਆਪਣੇ ਰਿਲੀਜਨ ਵੱਲ ਨੂੰ ਲੈ ਕੇ ਹੀ ਉਹਨਾਂ ਨੇ ਜੋ ਵੀ ਕੀਤਾ ਅਤੇ ਪੰਜਾਬ ਦੀ ਸਰਕਾਰ ਵੇ ਬੈਟਰ ਹੈ ਸੈਂਟਰ ਨਾਲੋਂ। ਠੀਕ ਹੈ, ਐਜੂਕੇਸ਼ਨ ਦੇ ਵਿੱਚ ਵੀ ਹੁਣ ਜਿੱਦਾਂ ਸਾਡੇ ਘਰ ਦੇ ਗਵਰਨਮੈਂਟ ਇੰਪਲਾਈ ਹੈ ਐਜੂਕੇਸ਼ਨ ਦੇ ਵਿੱਚ, ਪਤਾ ਲੱਗਦਾ ਕਿ ਹੁਣ ਐਜੂਕੇਸ਼ਨ ਦੇ ਸਾਡੀ ਐਜੂਕੇਸ਼ਨ ਤੋਂ ਹਾਲੇ ਟਾਈਮ ਹੀ ਇੰਨਾ ਗੈਪ ਨਹੀਂ ਹੈਗਾ, ਪਰ ਸਟਿਲ ਬਹੁਤ ਫਰਕ ਪੈਂਦਾ ਕਿ ਸਟੂਡੈਂਟਸ ਲਈ ਕਰਨ ਲਈ ਬਹੁਤ ਐਫਰਟਸ ਕੀਤੇ ਜਾਂਦੇ ਆ ਸਰਕਾਰ ਵੱਲੋਂ, ਅਤੇ BJP ਅੱਜ ਤੱਕ ਕਦੇ ਪੰਜਾਬ 'ਚ ਆਈ ਨਹੀਂ ਹੈਗੀ। ਸੋ ਜੇ ਆਪਾਂ ਕਹੀਏ ਕਿ ਸਾਨੂੰ ਐਜੂਕੇਸ਼ਨ ਵੱਲੋਂ ਕੋਈ ਪਤਾ ਹੋਇਆ ਕਿ ਉਹਨਾਂ ਨੇ ਕੀ ਕੀਤਾ, ਪਰ ਜਿਹੜੀ ਸਰਕਾਰ ਸਾਡੇ ਪੰਜਾਬ ਦੇ ਵਿੱਚ ਆਈ ਆ, ਅਗਰ ਆਮ ਆਦਮੀ ਆਈ ਆ ਜਾਂ ਪਹਿਲੇ ਜਿਹੜੀ ਵੀ, ਉਹਨਾਂ ਨੇ ਕੁਛ ਕੀਤਾ ਹੈ ਐਜੂਕੇਸ਼ਨ 'ਚ। ਇਸ ਟਾਈਮ ਬਹੁਤ ਇੰਪਰੂਵਮੈਂਟ ਹੋਈ ਹੈ, ਕਿਉਂਕਿ ਸਾਡੇ ਘਰ ਪਤਾ ਲੱਗਦਾ ਕਿ ਹੁਣ ਬੱਚਿਆਂ ਦੇ ਕੀ ਕੀ ਐਫਰਟਸ ਕੀਤੇ ਜਾਂਦੇ ਨੇ। ਅੱਜ ਕੱਲ੍ਹ ਇਹ ਵੀ ਚੱਲਿਆ ਕਿ ਜਿਹੜੇ ਬਜ਼ੁਰਗ ਆ ਉਹਨਾਂ ਨੂੰ ਵੀ ਪੜ੍ਹਾਇਆ ਜਾਂਦਾ, ਮਤਲਬ ਸੈਂਟਰ ਵੱਲੋਂ ਤਾਂ ਮੈਨੂੰ ਬਿਲਕੁਲ ਨਹੀਂ ਹੈਗਾ ਕਿ ਉਹਨਾਂ ਨੇ ਕੁਛ ਕੀਤਾ। ਉਹਨਾਂ ਦਾ ਬਸ ਇਹ ਮੋਟਿਵ ਹੈ ਕਿ ਆਪਣੇ ਰਿਲੀਜਨ, ਉਹਨਾਂ ਨੇ ਹਿੰਦੂਇਜ਼ਮ ਨੇ ਹੀ ਬਸ ਅੱਗੇ। ਗਵਰਨਮੈਂਟ ਜੋਬ ਦੇ ਲਈ ਤਿਆਰੀ ਕਰ ਰਹੇ ਹੁਣ, ਅਤੇ ਉਹਦੇ ਵਿੱਚ ਹੁੰਦਾ ਕਿ ਬਹੁਤ ਸਾਰੀ ਚੀਜ਼ਾਂ ਦੇਖਦਾ ਬੰਦਾ, ਇੱਕ ਸਟੂਡੈਂਟ ਹੋਣ ਦੇ ਨਾਤੇ ਜਾਂ ਐਜ਼ ਅ ਕਰਮਚਾਰੀ ਜਾਂ ਇੰਪਲੋਏ ਦੇ ਹੋਣ ਦੇ ਨਾਤੇ ਬੰਦਾ ਦੇਖਦਾ ਇਹ ਸਿਸਟਮ ਵਿੱਚ ਇਹ ਬਦਲਾਅ ਹੋਵੇ ਤਾਂ ਕਿਤੇ ਨਾ ਕਿਤੇ ਇਹ ਸਿਸਟਮ ਵਧੀਆ ਚੱਲੇ। ਤੁਹਾਨੂੰ ਲੱਗਦਾ ਕੋਈ ਬਦਲਾਅ ਹੋਵੇ? ਇੰਪਰੂਵਮੈਂਟ ਤਾਂ ਹਰ ਇੱਕ ਜਗ੍ਹਾ 'ਚ ਬਹੁਤ ਚਾਹੀਦੀ ਹੈ, ਪਰ ਮੈਂ ਜ਼ਿਆਦਾ ਬਿਕੋਜ਼ ਮੈਂ ਐਜੂਕੇਸ਼ਨ ਡਿਪਾਰਟਮੈਂਟ 'ਚ ਜਾਣਾ ਚਾਹੁੰਦੀ ਹਾਂ। ਠੀਕ ਹੈ, ਅਤੇ ਮੈਂ ਅਗਰ ਉਸ ਬਿਹਾਫ 'ਤੇ ਸੋਚਾਂ, ਜੋ ਅੱਜ ਕੱਲ੍ਹ ਐਜੂਕੇਸ਼ਨ ਪੰਜਾਬ ਦੀ ਆ ਉਹ ਵੇ ਬੈਟਰ ਹੋਏ ਕਰਦੀ ਹੈ ਅਤੇ ਅੱਗੇ ਵੀ ਹੋਣੀ ਹੈ, ਇਸ ਕਰਕੇ ਮਤਲਬ ਮੈਂ ਸੈਂਟਰ ਵੱਲੋਂ ਮਤਲਬ ਮੈਂ ਨਾ ਖੁਸ਼ ਹਾਂ ਨਾ ਮੈਨੂੰ ਲੱਗਦਾ ਕਿ ਉਹ BJP ਆਉਣੀ ਚਾਹੀਦੀ ਹੈ ਪੰਜਾਬ 'ਚ। ਹੋਰਾਂ ਨਾਲ ਗੱਲਬਾਤ ਜਾਰੀ ਰੱਖਦੇ ਹਾਂ। ਭਾਅ ਜੀ ਕੀ ਨਾਮ ਹੈ? ਆਕਾਸ਼ ਜੀ। ਤੁਸੀਂ ਇੱਥੇ ਕੰਮ ਕਰਦੇ? ਨਹੀਂ ਸਰ, ਪਟਿਆਲੇ ਤੋਂ ਅਸੀਂ ਟ੍ਰੀਟਮੈਂਟ ਲਈ ਆਏ ਸੀ PGI। ਟ੍ਰੀਟਮੈਂਟ ਵਾਸਤੇ ਆਏ ਜੀ? ਕਿਵੇਂ ਦਾ ਲੱਗਿਆ ਹੈਲਥ ਸੈਕਟਰ, ਕਿਵੇਂ ਦਾ ਲੱਗਿਆ? ਕਿਉਂਕਿ ਚੰਡੀਗੜ੍ਹ ਦੇ ਵਿੱਚ ਤਾਂ ਜ਼ਿਆਦਾ ਕੇਂਦਰ ਦੇ ਸ਼ਾਸਿਤ UT ਹੈ ਨਾ, UT ਹੁੰਦੀ ਉਹਦੇ ਥੱਲੇ ਹੀ ਹੈ, ਕਿਵੇਂ ਦਾ ਲੱਗਿਆ ਹੈਲਥ ਫੈਸਿਲਿਟੀ? ਠੀਕ ਹੈ ਸਰ, ਸਿਸਟਮ ਤਾਂ ਬਹੁਤ ਵਧੀਆ ਸੀ। ਅਪੁਆਇੰਟਮੈਂਟ ਹੋਈ ਸੀ ਪਹਿਲਾਂ ਸਾਡੀ, ਅਪੁਆਇੰਟਮੈਂਟ ਬਾਅਦ ਜੋ ਟਾਈਮ ਉਹਨਾਂ ਨੇ ਦਿੱਤਾ ਸੀ ਉਸ ਟਾਈਮ 'ਤੇ ਅਸੀਂ ਪਹੁੰਚ ਗਏ, ਉਸ ਤੋਂ ਬਾਅਦ ਟ੍ਰੀਟਮੈਂਟ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਕੀਤਾ। ਡਾਕਟਰਾਂ ਦਾ ਕਿਵੇਂ? ਵਧੀਆ? ਹਾਂਜੀ ਹਾਂ, ਵਿਵਹਾਰ ਵੀ ਵਧੀਆ ਸਰ। ਕੋਈ ਸਰਕਾਰ ਓਵਰਆਲ ਕਿਵੇਂ ਵਧੀਆ ਲੱਗੀ? 10 ਸਾਲ ਕਾਬਜ਼ ਰਹੀ ਹੈ ਸੱਤਾ ਦੇ ਵਿੱਚ, ਹੈ ਨਾ, ਕਿਵੇਂ ਦੀ ਲੱਗੀ? ਸੈਂਟਰ ਕੇ ਸਰ, ਪੰਜਾਬ ਸਰਕਾਰ ਸੈਂਟਰ ਠੀਕ ਹੈ ਸਰ, ਆਪਣੀ ਥਾਂ 'ਤੇ ਦੇਖੋ ਟਾਈਮ ਤਾਂ ਲੱਗਦਾ ਹੀ ਕਿਸੇ ਵੀ ਚੀਜ਼ ਨੂੰ ਚੇਂਜ ਹੋਣ ਵਾਸਤੇ, ਅਤੇ ਉਸਦੇ ਅਕੋਰਡਿੰਗ ਸਹੀ ਚੱਲ ਰਿਹਾ ਪ੍ਰੋਸੈਸ ਹੈ। ਹੁਣ ਦੇਖੋ ਆਪਣੇ ਹਿਸਾਬ ਨਾਲ ਹੀ ਹੋਏਗਾ, ਸਾਡੇ ਸੋਚਣ ਨਾਲ ਅਤੇ ਕਹਿੰਦਾ ਮਤਲਬ ਕਹਿਣ ਨਾਲ ਸ਼ਾਇਦ ਕੋਈ ਫਰਕ ਨਾ ਪਵੇ, ਲੇਕਿਨ ਅਕੋਰਡਿੰਗ ਟਾਈਮ ਹਰ ਚੀਜ਼ 'ਚ ਫਰਕ ਪੈ ਸਕਦਾ ਹੈ, ਐਂ ਲੱਗ ਰਿਹਾ। ਹਾਂਜੀ ਹਾਂ ਸਰ। ਤੁਸੀਂ ਕਿਵੇਂ ਵੇਖ ਰਹੇ ਹੋ ਜੋ 2024 ਤੋਂ ਬਾਅਦ ਜਿਹੜੀ ਸਰਕਾਰ ਆਊਗੀ, ਹੈ ਨਾ,
ਲੋਕ ਸਭਾ ਚੋਣਾਂ ਆ ਗਈਆਂ, ਬਹੁਤ ਸਾਰੇ ਲੀਡਰ ਵਾਅਦੇ ਕਰ ਰਹੇ ਨੇ ਇਸ ਚੀਜ਼ ਦੇ ਵਿੱਚ ਬਦਲਾਅ ਆਊਗਾ, ਟਰਾਂਸਪੋਰਟ ਦੇ ਵਿੱਚ, ਐਜੂਕੇਸ਼ਨ ਦੇ ਵਿੱਚ, ਤੁਸੀਂ ਕਿਸ ਤਰੀਕੇ ਦਾ ਬਦਲਾਅ ਮੰਗ ਰਹੇ ਹੋ? ਸਰ ਬਦਲਾਅ ਤਾਂ ਦੇਖੋ ਇਸ ਟਾਈਮ ਜਿਵੇਂ ਬੇਰੁਜ਼ਗਾਰੀ ਅਤੇ ਮਹਿੰਗਾਈ ਹੈ ਨਾ ਵੱਧਦੀ ਹੀ ਜਾ ਰਹੀ ਹੈ, ਮਤਲਬ ਕਿ ਉਹਦੇ ਉੱਪਰ ਤਾਂ ਕੋਈ ਕੰਟਰੋਲ ਦਿਖ ਹੀ ਨਹੀਂ ਰਿਹਾ ਸਰ। ਉਹ ਤਾਂ ਸਰਕਾਰ ਨੂੰ ਸੋਚਣਾ ਤਾਂ ਚਾਹੀਦਾ, ਕੁਛ ਨਾ ਕੁਛ ਅੱਛਾ ਕਦਮ ਚੁੱਕਣਾ ਚਾਹੀਦਾ ਉਹਦੇ ਬਾਰੇ। ਹਾਂਜੀ ਭਾਈ, ਸੁਭਾਸ਼ ਕੁਮਾਰ ਜੀ, ਕਿੱਥੋਂ ਰਹਿਣ? ਪਟਿਆਲੇ ਤੋਂ। ਕੀ ਕੰਮ ਕਰਦੇ? ਮੈਂ ਕੋਈ ਕੰਮ ਨਹੀਂ ਕਰਦਾ। ਹਾਂਜੀ, ਲੱਭ ਰਹੇ? ਨਹੀਂ, ਐਕਚੁਲੀ ਮੇਰਾ ਟ੍ਰੀਟਮੈਂਟ ਚੱਲ ਰਿਹਾ ਲੀਵਰ ਦਾ। ਸਰਕਾਰ ਦੇਖਦੇ ਰਹਿੰਦੇ ਹੋਵੋਗੇ, ਟੀ ਵੀ ਤਾਂ ਦੇਖਦੇ ਹੋਵੋਗੇ ਨਾ, ਕਿਵੇਂ ਲੱਗੇ 2024 ਤੋਂ ਪਹਿਲਾਂ ਜੋ ਕੇਂਦਰ ਦੇ ਵਿੱਚ ਸਰਕਾਰ ਸੀ, 5 ਤੋਂ 10 ਸਾਲ ਸੱਤਾ ਦੇ ਵਿੱਚ ਕਾਬਜ ਰਹੀ ਹੈ, ਕਿਵੇਂ? ਦੇਖੋ ਜੀ, ਮੇਰੇ ਹਿਸਾਬ ਨਾਲ ਤਾਂ ਠੀਕ ਹੈ, ਕਿਉਂਕਿ ਮੇਰਾ ਤਾਂ ਟ੍ਰੀਟਮੈਂਟ ਚੱਲ ਰਿਹਾ, ਜੋ ਆਪਣਾ ਨਰਿੰਦਰ ਮੋਦੀ ਸੈਂਟਰ ਦੀ ਸਰਕਾਰ ਨੇ ਜੋ ਵੀ ਸਕੀਮ ਦਿੱਤੀ ਆ ਉਹਦਾ ਬੈਨੀਫਿਟ ਮੈਨੂੰ ਮਿਲਿਆ ਥੋੜ੍ਹਾ ਬਹੁਤ। ਹਾਂਜੀ, ਸਰਕਾਰ ਦੀ ਕਾਰਗੁਜ਼ਾਰੀ ਨੂੰ ਨੰਬਰ ਕਿੰਨੇ ਦਿਓਗੇ ਹੈਲਥ ਦੇ ਵਿੱਚ? ਹੈਲਥ ਦੇ ਵਿੱਚ ਮੈਂ ਤਾਂ 100/100 ਦੇਵਾਂਗਾ ਜੀ। ਗੱਲਬਾਤ ਕਰਦੇ ਹਾਂ ਇੱਥੇ ਜੋ ਮੌਜੂਦ ਨੇ ਲੋਕ, ਮਤੇ ਕੀ ਨਾਮ? ਗੁਰਵੀਰੋ ਦੇਵੀ। ਤੁਸੀਂ ਇੱਥੋਂ ਦੇ ਰਹਿਣ ਵਾਲੇ? ਹਾਂਜੀ, ਹਾਂ, ਜ਼ੀਰਕਪੁਰ ਦੇ। ਹਾਂਜੀ, ਕਿਵੇਂ ਦਾ ਲੱਗਿਆ ਸਰਕਾਰ ਦੀ 2024 ਤੋਂ ਪਹਿਲਾਂ ਕੇਂਦਰ ਦੇ ਵਿੱਚ ਮੋਦੀ ਸਰਕਾਰ ਸੀ, ਹੈ ਨਾ, ਮਹਿੰਗਾਈ ਕਹਿੰਦੇ ਇੱਕ ਔਰਤ ਦੇ ਹੱਥ ਸਾਰਾ ਕੁਛ ਹੁੰਦਾ ਘਰ ਦਾ, ਰਾਸ਼ਨ ਪਾਣੀ। ਹਾਂ, ਜ਼ਿਆਦਾ ਮਹਿੰਗਾਈ ਬਹੁਤ ਹੋ ਗਈ, ਸਿਲੰਡਰ ਕਿੰਨਾ ਮਹਿੰਗਾ ਹੋ ਗਿਆ, ਹਰ ਇੱਕ ਚੀਜ਼ ਮਹਿੰਗੀ ਹੋ ਗਈ, ਹੋਰ ਗਰੀਬ ਬੰਦਾ ਕਿੱਥੇ ਜਾਏਗਾ? ਜਿਹੜਾ ਚੱਲ ਸਰਕਾਰੀ ਨੌਕਰੀ ਉਹਨਾਂ ਦਾ ਤਾਂ ਚੱਲ ਚੱਲ ਜਾਂਦਾ, ਗਰੀਬ ਬੰਦੇ ਕਿੱਥੇ ਖਾ ਸਕਦਾ, ਆਪਣੀ ਦਿਹਾੜੀ ਮਿਹਨਤ ਕਰਦਾ ਖਾਂਦਾ ਬਸ। ਤੁਹਾਡਾ ਕੀ ਨਾਮ? ਖੁਸ਼ੀ। ਜੋਬ ਕਰਦੇ? ਹਾਂਜੀ। ਕਿਹੜੇ ਡਿਪਾਰਟਮੈਂਟ? ਆਇਲਸ ਟ੍ਰੇਨਰ। ਵਿਦੇਸ਼ਾਂ ਵੱਲ ਪ੍ਰਵਾਸ? ਹਾਂਜੀ। ਵਿਦੇਸ਼ਾਂ ਵੱਲ ਪ੍ਰਵਾਸ ਦੇ ਬੜੇ ਚਰਚੇ, ਕਹਿੰਦੇ ਕੋਈ ਕਹਿੰਦੇ ਉਸਨੂੰ ਚੀਜ਼ਾਂ ਨਾਲ ਜੋੜ ਰਿਹਾ, ਕਹਿੰਦੇ ਰੋਕਣਾ ਚਾਹੀਦਾ, ਕੋਈ ਕਹਿ ਰਿਹਾ ਜੋਬਸ ਨਹੀਂ ਮਿਲ ਰਹੀ, ਤਾਂ ਕਰਕੇ ਤੁਹਾਡੇ ਇਸ ਬਾਬਤ ਕੀ ਵਿਚਾਰ ਹੈ, ਸਰਕਾਰ ਦੇ ਪੱਖ ਤੋਂ ਦੇਖਣਾ ਚਾਹੋ? ਇਟ ਡਿਪੈਂਡ ਅਪੋਨ ਪਰਸਨ ਟੂ ਪਰਸਨ। ਕੁਛ ਲੋਕਾਂ ਨੂੰ ਉੱਥੇ ਜਾ ਕੇ ਅੱਛੀ ਜੋਬਸ ਮਿਲ ਜਾਂਦੀਆਂ ਨੇ ਬਿਨਾਂ ਕੁਆਲੀਫਿਕੇਸ਼ਨ ਤੋਂ, ਕਈਆਂ ਨੂੰ ਕੁਆਲੀਫਿਕੇਸ਼ਨ ਹੋਰ ਮਿਲ ਜਾਂਦੀ ਹੈ, ਤਾਂ ਉਹ ਸਭ ਦਾ ਆਪਣਾ ਆਪਣਾ ਪਰਸਪੈਕਟਿਵ ਹੈ। ਕੀ ਮੰਨ ਰਹੇ ਹੋ ਕਿ ਇੰਨਾ ਪ੍ਰਵਾਸ? ਇਹਦਾ ਕੋਈ ਕਾਰਨ ਨਹੀਂ ਹੈ ਮੇਰੇ ਅਕੋਰਡਿੰਗ, ਇਹ ਬੰਦੇ 'ਤੇ ਡਿਪੈਂਡ ਕਰਦਾ। ਹਾਂ, ਬਦਲਾਓ ਕਿੱਦਾਂ ਦਾ ਮੰਗ ਰਹੇ ਹੋ ਸਿਸਟਮ ਦੇ ਵਿੱਚ, ਜਿਵੇਂ ਤੁਸੀਂ ਅੱਜ ਕੱਲ੍ਹ ਬਹੁਤ ਚਰਚੇ ਜਾ ਰਹੇ ਨੇ ਕਿ ਕਹਿੰਦੇ ਰੋਕਿਆ ਜਾਵੇ, ਤੁਸੀਂ ਕਹਿੰਦੇ ਰੋਕਣਾ ਚਾਹੁੰਦੇ ਹੋ ਕਿ ਰੁਕਿਆ ਜਾਵੇ? ਸਭ ਠੀਕ ਚੱਲ ਰਿਹਾ ਮੇਰੇ ਅਕੋਰਡਿੰਗ ਤੋਂ, ਕਿਉਂਕਿ ਮੇਰੀ ਕੁਆਲੀਫਿਕੇਸ਼ਨ ਬਹੁਤ ਅੱਛੀ ਹੈ, ਮੈਂ ਵੈਲ ਸੈਟਲਡ ਹੂੰ, ਅੱਗੇ ਵੀ ਬਹੁਤ ਅੱਛਾ ਹੀ ਹੋਣ ਵਾਲਾ, ਤਾਂ ਮੇਰੇ ਅਕੋਰਡਿੰਗ ਤੋਂ ਸਭ ਅੱਛਾ ਹੈ। ਬਾਬਾ ਜੀ ਕੀ ਬੋਲਦੇ ਨੇ? ਉਹ ਡੈਮੋਕ੍ਰੇਸੀ ਇਜ਼ ਦੀ ਗਵਰਨਮੈਂਟ ਆਫ ਦਾ ਫੂਲ, ਫਾਰ ਦਾ ਫੂਲ, ਬਾਈ ਦਾ ਫੂਲ। Democracy is not for the people, by the people, of the people. It is a democracy, is a government by the fool, of the fool. ਇਹ ਸਾਰੇ ਹਿਚੜੇ ਹੈਗੇ, ਜਿਹਨੇ ਲੀਡਰ ਨੇ ਸਾਰੇ ਤਾੜੀ ਮਾਰਨ ਵਾਲੇ ਹਿਚੜੇ ਹੈ, ਹੋਰ ਕੀ ਸੁਣਨਾ ਚਾਹੁੰਦੇ? ਸਰਕਾਰ ਹੁਣ 2024 ਤੋਂ ਬਾਅਦ ਆਊਗੀ ਕਹਿੰਦੇ ਨਵੀਂ, ਉਹ ਕਿਵੇਂ ਦਾ ਵੇਖ ਰਹੇ ਹੋ, ਕਿੱਦਾਂ ਦੀ ਆਵੇਗੀ? ਉਹ ਵੀ ਉਸ ਤੋਂ ਭੈੜੀ ਆਏਗੀ, ਉਸ ਤੋਂ ਭੈੜੀ ਆਊਗੀ। ਬਦਲਾਅ ਮੰਗਦੇ ਕੋਈ? ਬਦਲਾਅ ਕੀ ਕਰ ਸਕਦੇ ਹੋ ਤੁਸੀਂ, ਕੀ ਕਰ ਸਕਦੇ? ਕਿੱਦਾਂ ਦਾ ਡੈਮੋਕ੍ਰੇਸੀ ਨੂੰ ਬਚਾਏਗਾ? ਉਹ ਡੈਮੋਕ੍ਰੇਸੀ ਇੱਦਾਂ ਹੀ ਚੱਲਦੀ ਹੈ, ਮੈਂ ਨਹੀਂ ਕਹਿ ਰਿਹਾ, ਐਪਲ ਕਾਰਟ ਇੱਕ ਨਾਵਲ ਹੈ ਬਰਨਾਰਡ ਸ਼ਾਹ ਦਾ, ਹੀ ਹੈਜ਼ ਰਿਟਨ ਫਾਰ ਡੈਮੋਕ੍ਰੇਸੀ ਇਨ ਅਮੈਰੀਕਾ, ਕਿਉਂਕਿ ਡੈਮੋਕ੍ਰੇਸੀ ਇਜ਼ ਅ ਗਵਰਨਮੈਂਟ ਬਾਈ ਦਾ ਫੂਲ, ਫਾਰ ਦਾ ਫੂਲ, ਆਫ ਦੀ ਫੂਲ।
ਮਹਾਰਾਜ ਪਟਿਆਲੇ ਨੇ ਬਾਹਰ ਅੱਡਾ ਕੱਢ ਕੇ ਕੀ ਲਿਆ, ਸਵਾਏ ਲੋਕ ਝੱਕੇ ਖਾਂਦੇ ਆ। ਦੋ ਵਾਰੀ ਤਾਂ ਮੇਰੇ ਪੈਸੇ ਖੋਣ ਦੀ ਕੋਸ਼ਿਸ਼ ਕੀਤੀ ਹੈ ਲੋਕਾਂ ਨੇ। ਹੋਰਾਂ ਨਾਲ ਗੱਲਬਾਤ ਕਰਦੇ, ਤੁਹਾਡਾ ਕੀ ਨਾਮ ਹੈ ਜੀ? ਦੀਪ ਚੰਦ। ਕੀ ਕਹਿਣਾ ਚਾਹੋਗੇ ਸਰਕਾਰ 2024 ਤੋਂ ਪਹਿਲਾਂ ਜਿਹੜੀ ਰਹੀ ਆ ਭਾਜਪਾ ਦੇ ਵਿੱਚ ਜਾਂ ਕੇਂਦਰ ਦੇ ਵਿੱਚ 5 ਤੋਂ 10 ਸਾਲ, ਕਿਵੇਂ ਦੇ ਲੱਗੇ? ਠੀਕ ਆ ਜੀ, ਰੋਟੀ ਮਿਲੀ ਜਾ ਰਹੀ ਹੈ। ਪਰਮਾਤਮਾ ਨੂੰ ਯਾਦ ਕਰੋ, ਲੜਾਈ ਝਗੜੇ ਘੱਟ ਕਰੋ, ਠੀਕ ਹੈ। ਸਰਕਾਰ ਕੁਛ ਨਹੀਂ ਕਹਿੰਦੀ। ਹੈਲਥ ਐਜੂਕੇਸ਼ਨ ਵਾਲੇ ਪੱਖੋਂ ਜਾਂ ਟਰਾਂਸਪੋਰਟ ਫੈਸਿਲਿਟੀਜ਼ ਪੱਖੋਂ ਸਰਕਾਰ ਨੂੰ ਇਹਨਾਂ ਦਾ ਅਸੀਂ ਜਾਂਦੇ ਹੀ ਨਹੀਂ ਜ਼ਿਆਦਾ। ਅੱਜ ਪਤਾ ਨਹੀਂ ਕਿੰਨੇ ਚਿਰ ਬਾਅਦ ਚੱਲੇ ਆ, ਘਰ ਹੀ ਰਹੀਦਾ। ਰੋਟੀ ਮਿਲੀ ਜਾਂਦੀ ਹੈ ਜੀ ਕਿਸੇ, ਰੱਬ ਦਾ ਨਾਂ ਲਈ ਜਾਂਦੇ ਆ। ਕਿਸੇ ਨੂੰ ਕੀ ਕਹੀਏ ਹੁਣ, ਸਰਕਾਰਾਂ ਨੇ ਕੀ ਕਰਨਾ ਨਾ, ਇਹਨਾਂ ਨੇ ਕੀ ਕਰਨਾ, ਜਿਹੜੇ ਆ ਜਾਏ ਉਹ ਕਿਹੜਾ ਕਰੇਗਾ? ਅੱਡਾ ਬਾਹਰ ਲਿਆਂਦਾ, ਘਰੋਂ ਰਾਜਪੁਰੇ ਜਾਣਾ ਹੋਵੇ ਪਹਿਲਾਂ ਅੱਡੇ 'ਤੇ ਜਾਓ 20 ਰੁਪਏ ਦੇ ਕੇ, ਫਿਰ ਉੱਥੋਂ ਬੱਸ ਲੈ ਕੇ ਫਿਰ ਅੱਗੋਂ 20 ਰੁਪਏ ਦਿਓ। ਕਿੱਥੇ ਪੁਰਾਣੇ ਅੱਡੇ ਦੇ ਸਾਹਮਣੇ ਜਗ੍ਹਾ ਹੈਗੀ ਇੰਨੀ ਪਈ, ਉਹਨੂੰ ਸਾਰਿਆਂ ਨੂੰ ਉੱਥੇ ਹੁਣ ਕੁੱਤੇ ਟੱਟੀ ਕਰਦੇ, ਉਸੇ ਸੜਕ ਦੇ ਥੱਲੇ ਉਹ ਪੁੱਲ ਕੱਢ ਦਿੰਦੇ ਅਤੇ ਉੱਧਰ ਬਣਾ ਦਿੰਦੇ। ਹੈਂ, ਉਸੇ ਹੀ ਬੈਟਰਮੈਂਟ। ਤੁਹਾਡਾ ਕੀ ਨਾਮ ਹੈ? ਰਾਜੀਵ ਹੈ ਜੀ। ਕੀ ਕਹਿਣਾ ਚਾਹੋਗੇ ਸਰਕਾਰ ਦੇ 2024 ਤੋਂ ਜੋ ਰਹੀ ਆ ਪਹਿਲਾਂ, ਕਿਵੇਂ ਦੇ ਬਦਲਾਅ ਕਿ ਸਰਕਾਰ ਦੇ ਵਿੱਚ ਜੋ ਵਾਅਦੇ ਕੀਤੇ ਸੀ ਕੀ ਪੂਰੇ ਹੋਏ? ਵਾਅਦੇ ਵੂਦੇ ਤਾਂ ਕਿਹੜੇ ਪੂਰੇ, ਕੋਈ ਨਹੀਂ ਹੋ ਰਹੇ ਪੂਰੇ ਸਾਰੇ ਪਾਸੇ। ਨਾ ਮੈਡੀਕਲ ਵਧੀਆ ਚੱਲ ਰਿਹਾ, ਨਾ ਐਜੂਕੇਸ਼ਨ ਵਧੀਆ ਚੱਲ ਰਿਹਾ, ਕਿਤੇ ਸਾਰੇ ਪਾਸੇ ਸਿਸਟਮ ਫੀਸ ਹੈ, ਸਭ ਆਪਣੇ ਆਪਣੇ ਰੂਲ ਚਲਾਈ ਜਾਂਦੇ। ਬਸ ਬਸ ਇਹ ਆਮ ਆਦਮੀ ਦਾ ਥੋੜ੍ਹਾ ਜਿਹਾ ਚੱਲਿਆ, ਬਿਲ ਬੁਲ ਜੇ ਕਰੀ ਜਾਂਦੇ ਨੇ, ਬਾਕੀ ਤਾਂ ਕੁਛ ਨਹੀਂ ਹੈ ਇਹਨਾਂ ਦਾ। ਹਾਂ ਹਾਂ, ਕਿੱਦਾਂ ਦਾ ਮੰਗਦੇ ਹੋ ਜਿਵੇਂ ਤੁਹਾਡੇ ਨਾਲ ਬੇਟਾ ਤੁਹਾਡਾ? ਐਜੂਕੇਸ਼ਨ ਹੁਣ ਐਜੂਕੇਸ਼ਨ ਫੀਸਾਂ ਹੀ ਬਹੁਤ ਹੈ, ਬਦਲਾਵ ਤਾਂ ਹੋਈ ਨਹੀਂ ਹੋਏ ਨਹੀਂ। ਹਾਂਜੀ, ਫੀਸਾਂ ਘੱਟ ਹੋਣੀਆਂ ਚਾਹੀਦੀਆਂ, ਮੈਡੀਕਲ ਵੀ ਸਸਤਾ ਨਹੀਂ ਹੈ, ਸਾਰੇ ਪਾਸੇ ਚੋਰ ਬਜ਼ਾਰੀ ਚੱਲ ਰਹੀ ਹੈ ਬਸ। ਨੰਬਰ ਕਿੰਨੇ ਦਊਂਗੇ? ਹਾਂਜੀ, ਨੰਬਰ ਕਰ ਠੀਕ ਆ, ਅੱਗੇ ਨਾਲੋਂ ਠੀਕ ਹੈ, ਭਗਵੰਤ ਮਾਨ ਦੀ ਸਰਕਾਰ, ਚਲੋ। ਗੱਲਬਾਤ ਹੋਰਾਂ ਦੇ ਨਾਲ ਕਰਦੇ ਹਾਂ ਜੋ ਇੱਥੇ ਮੌਜੂਦ ਨੇ, ਜੋ ਇੱਥੇ ਟਰੈਵਲ ਕਰ ਰਹੇ ਨੇ, ਨੌਜਵਾਨ ਹੀ ਅੱਜ ਕੱਲ੍ਹ ਜ਼ਿਆਦਾ ਆ। ਭਾਜੀ ਕੀ ਨਾਮ ਹੈ? ਗੁਰਦੀਪ ਸਿੰਘ ਜੀ। ਕੀ ਕਹਿਣਾ ਚਾਹੋਗੇ ਭਾਜੀ, 2024 ਤੋਂ ਪਹਿਲਾਂ ਮੋਦੀ ਸਰਕਾਰ ਰਹੀ ਹੈ, ਕਹਿੰਦੇ ਬਹੁਤ ਸਾਰੇ ਬਦਲਾਅ ਕਈਆਂ ਨੇ ਦੇਖੇ, ਬਹੁਤ ਸਾਰੇ ਲੋਕ ਚੰਗੇ ਪੋਜ਼ਿਟਿਵ ਇੰਪ੍ਰੈਸ਼ਨ ਦੇ ਰਹੇ, ਤੁਹਾਡਾ ਇਸ ਬਾਬਤ ਕੀ? ਇੱਧਰ ਪੁੱਛ ਲਓ, ਘਰ ਵਾਲੀ ਨੂੰ ਪੁੱਛ ਲਓ ਯਾਰ, ਦੱਸ ਦਿਓ ਤੁਸੀਂ, ਦੱਸ ਮੈਨੂੰ ਤਾਂ ਪਤਾ ਨਹੀਂ ਹੈਗਾ ਯਾਰ ਵੀਰੇ, ਜਿਵੇਂ ਇੱਧਰ ਪੁੱਛ ਲਓ। ਕਿਸਾਨਾਂ ਦਾ ਵੀਰੇ ਬੁਰਾ ਹਾਲ ਹੈ, ਮਤਲਬ ਕਿ ਬਹੁਤ ਜ਼ਿਆਦਾ ਮੁੰਡੇ ਸੀ ਦੋ ਹੈ ਨਾ, ਕਿਸਾਨਾਂ ਬਾਰੇ ਦੀ ਕੁਛ ਵੀ ਸੁਣਵਾਈ ਨਹੀਂ ਹੋ ਰਹੀ, ਅਤੇ ਜਿਹੜੀਆਂ ਮਤਲਬ ਕਿ ਫਸਲਾਂ ਨੇਗੀਆਂ ਉਹ ਬੀਜਣ ਤੋਂ ਹੁਣ ਕਿਵੇਂ ਇਨਕਾਰ ਕਰ ਰਹੇ ਨੇ, ਹੈ ਨਾ, ਵੀ ਕਿਸਾਨਾਂ ਪ੍ਰਤੀ ਇਹ ਸਰਕਾਰ ਦਾ ਬਿਲਕੁਲ ਹੀ ਬੁਰਾ ਹਾਲ ਹੈ। ਹਾਂਜੀ, ਬਦਲਾਅ ਕਿੱਦਾਂ ਦਾ ਮੰਗ ਰਹੇ ਹੋ, ਕਿ ਕਿਸਾਨਾਂ ਦੀ ਸੁਣਨੀ ਚਾਹੀਦੀ ਆ, ਕਿ ਐਜੂਕੇਸ਼ਨ ਦੇ ਵਿੱਚ ਇੱਕ ਬਦਲਾਅ? ਹਾਂਜੀ, ਮਤਲਬ ਕਿ ਮਿਹਨਤ ਕਰਦੇ ਆ, ਫਿਰ ਬੱਚੇ ਫਾਰਮ ਨੂੰ ਚਲੇ ਜਾਂਦੇ ਜੀ, ਉਹਨਾਂ ਦੀ ਸੁਣਵਾਈ ਨਹੀਂ ਹੁੰਦੀ, ਉਹ ਇੱਥੇ ਮਿਹਨਤ ਨਹੀਂ ਕਰਦੇ ਹੈਗੇ, ਵੀ ਕਿਸਾਨਾਂ ਦੀ ਸੁਣਵਾਈ ਹੋਣੀ ਚਾਹੀਦੀ ਹੈ ਇਸ ਪ੍ਰਤੀ। ਹਾਂਜੀ ਹਾਂਜੀ, ਨੰਬਰ ਕਿੰਨੇ ਦਊਂਗੇ ਸਰਕਾਰ ਦੀ ਕਾਰਗੁਜ਼ਾਰੀ? 5। ਤਾਂ ਲੋਕਾਂ ਦੇ ਬਹੁਤ ਸਾਰੇ ਸੁਝਾਅ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਨਜ਼ਰ ਆ ਰਹੇ ਨੇ, ਭਾਵੇਂ ਹੈਲਥ ਸੈਕਟਰ ਦੇ ਵਿੱਚੋਂ ਜਾਂ ਐਜੂਕੇਸ਼ਨ,
ਖਾਸ ਤੌਰ 'ਤੇ ਹਰ ਪ੍ਰੋਗਰਾਮ ਦੇ ਵਿੱਚ ਇੱਕ ਹੀ ਚੀਜ਼ ਹੁੰਦੀ ਹੈ ਕਿ ਨੌਜਵਾਨਾਂ ਨੂੰ ਨੌਕਰੀਆਂ ਵੱਧ ਤੋਂ ਦਿੱਤੀਆਂ ਜਾਣ, ਨੌਕਰੀਆਂ ਪ੍ਰਦਾਨ ਕੀਤੀਆਂ ਜਾਣ ਤਾਂ ਜੋ ਰੁਜ਼ਗਾਰ ਮਿਲੇਗਾ ਅਤੇ ਕੰਮਕਾਰ ਠੀਕ ਚੱਲੇ ਅਤੇ ਜਿਸ ਦੇ ਨਾਲ ਬਹੁਤ ਸਾਰੇ ਬਦਲਾਵ ਆ ਸਕਦੇ ਨੇ।